ਧੰਨਵਾਦ ਜੀ, ਤੁਸੀਂ ਬਹੁਤ ਛੋਟੇ ਸਤੇ ਤੇ ਦਰਸ਼ਨ ਦਿੱਤੇ ਨੇ। ਅੱਜ ਦਾ ਜਿਹੜਾ ਤੁਹਾਡੇ ਤੁਹਾਨੂੰ ਸੱਦਣ ਦਾ ਕਾਰਨ ਇਹ ਹੈ ਕਿ ਪਿਛਲੇ ਐਤਵਾਰ ਕਾਰਪੋਰੇਸ਼ਨ ਵਿੱਚ ਜਿਹੜੇ ਧਰਨਾ ਦਿੱਤਾ ਗਿਆ ਮੌਜੂਦਾ ਜਿਹੜੇ ਐਮ ਸੀ ਨੇ ਉਹਨਾਂ ਵੱਲੋਂ ਕਮਿਸ਼ਨਰ ਸਾਹਿਬ ਦੇ ਖਿਲਾਫ, ਸੋ ਮੈਂ ਉਸ ਧਰਨੇ ਦੇ ਸੰਬੰਧ ਵਿੱਚ ਜਿੰਨੇ ਕਾਂਗਰਸੀ ਐਮ ਸੀ ਨੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਧਰਨੇ ਦਾ ਮੁੱਦਾ ਕੀ ਬਣਾਇਆ, ਕੀ ਤੁਹਾਡਾ ਪਰਪਜ ਕੀ ਹੈ, ਕਿਉਂਕਿ ਤੁਸੀਂ ਪਿਛਲੇ 22 ਸਾਲਾਂ ਤੋਂ ਕਾਰਪੋਰੇਸ਼ਨ 'ਤੇ ਕਾਬਜ਼ ਹੋ। ਰਾਣਾ ਗੁਰਜੀਤ ਸਿੰਘ ਦੀ ਰਹਿਨੁਮਾਈ ਦੇ ਵਿੱਚ ਤੁਸੀਂ ਸ਼ਹਿਰ ਦਾ ਉਹ ਬੇੜਾ ਗਰਕ ਕੀਤਾ ਜਿਹਦੀ ਮਿਸਾਲ ਪੰਜਾਬ ਦੇ ਕਿਸੇ ਹੋਰ ਸ਼ਹਿਰ ਦੇ ਵਿੱਚੋਂ ਨਹੀਂ ਮਿਲਦੀ। ਤੁਸੀਂ ਕਹਿੰਦੇ ਹੋ ਕਿ ਸਾਨੂੰ ਸੁਣਿਆ ਨਹੀਂ ਭੇਜਿਆ, ਤੁਹਾਡਾ ਇੱਕ ਅਖਲਾਕੀ ਫਰਜ਼ ਬਣਦਾ ਕਿ ਸ਼ਹਿਰ ਦੇ ਵਿੱਚ ਕਿਤੇ ਵੀ ਸਫਾਈ ਹੋਣੀ ਆ, ਤੁਹਾਨੂੰ ਕਹਿਣਾ ਨਾ ਪਵੇ, ਕਿਸੇ ਨੂੰ ਸੱਦਾ ਨਾ ਦੇਣਾ ਪਵੇ। ਲੋਕਾਂ ਨੇ ਤੁਹਾਨੂੰ ਇਸ ਲਈ ਚੁਣਿਆ ਕਿ ਤੁਸੀਂ ਉਹਨਾਂ ਦੀ ਨੁਮਾਇੰਦਗੀ ਕਰੋ, ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ, ਪਰ ਤੁਸੀਂ ਤੇ ਢੇਡੜੀਆਂ ਕਰਦੇ ਹੋ। ਜਿਹੜੇ ਤੁਹਾਡੇ ਤੁਸੀਂ ਪਹਿਲਾਂ ਵੀ ਜਿਹੜੇ ਜਿਹੜੀ ਨਗਰ ਕੌਂਸਲ ਤੋਂ ਤੁਹਾਡੇ ਆਕਾ ਨੇ ਰਾਣਾ ਗੁਰਜੀਤ ਸਿੰਘ ਨੇ ਕਾਰਪੋਰੇਸ਼ਨ ਬਣਾ ਕੇ ਜਿਹੜਾ ਚਿੱਟਾ ਹਾਥੀ ਜਿਹੜਾ ਹੈ ਉਹ ਸ਼ਹਿਰ ਵਾਸੀਆਂ ਦੇ ਸਿਰ ਜਿਹੜਾ ਮੜ ਦਿੱਤਾ। ਔਰ ਦੂਸਰੀ ਜਿਹੜੀ ਗੱਲ ਹੈ ਕਿ ਤੁਸੀਂ ਜਿਹੜੇ ਤੁਸੀਂ ਕਹਿੰਦੇ ਤੁਹਾਡੀ ਪੁੱਛ ਵਰਤੀਤ ਨਹੀਂ, ਪੁੱਛ ਵਰਤੀਤ ਤੁਹਾਡੀ ਹੈ, ਤੁਸੀਂ ਇਹ ਚਾਹੁੰਦੇ ਆ ਕਿ ਤੁਹਾਡੇ ਕਹਿਣ 'ਤੇ ਉਹ ਮਤੇ ਪਾਏ ਜਾਣ ਜਿਨ੍ਹਾਂ ਦਾ ਕੋਈ ਤੁਹਾਡਾ ਮਫਾਦ ਹੋਵੇ, ਕਿਉਂਕਿ ਪਿਛਲੇ 13 ਸਾਲਾਂ ਤੋਂ 2013 ਤੋਂ ਤੁਸੀਂ ਕੋਈ ਟੈਕਸ ਨਹੀਂ ਗਿਰਾਇਆ, ਲੋਕਾਂ ਦੇ ਸਿਰ ਜਿਹੜਾ ਵਿਆਜ ਕਾਰਪੋਰੇਸ਼ਨ ਕਰਕੇ ਦੁੱਗਣਾ ਟੈਕਸ ਕਰਕੇ ਤਕਰੀਬਨ 5 ਕਰੋੜ ਤੋਂ ਵੱਧ ਦੀ ਵਸੂਲੀ ਕੀਤੀ ਗਈ। ਔਰ ਉਹ ਜਿਹੜੀ ਵਸੂਲੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਕੀ ਕੀਤਾ ਗਿਆ, ਇਸ ਤਰ੍ਹਾਂ ਕੀਤਾ ਗਿਆ ਕਿ ਸ਼ਹਿਰ ਦੇ ਵਿੱਚੋਂ ਜਿਹੜੇ ਕੁੱਤਿਆਂ ਦੀ ਆਬਾਦੀ ਘਟਾਉਣ ਲਈ ਤੁਸੀਂ ਤਕਰੀਬਨ 40 ਲੱਖ ਰੁਪਈਆ ਰੱਖਿਆ, ਮੈਨੂੰ ਦੱਸਿਆ ਜਾਵੇ ਕਿ ਕਿੰਨੇ ਕੁੱਤੇ ਸ਼ਹਿਰ ਦੇ ਵਿੱਚੋਂ ਘੱਟ ਹੋਏ ਨੇ, ਮਤਾ ਪਾਇਆ ਹੋਇਆ ਜੀ, ਅੱਜ ਮੈਂ ਤੈਨੂੰ ਦਿਖਾਉਣਾ। ਦੂਸਰੀ ਗੱਲ ਇੱਥੇ ਦੇਖੋ ਕਿ ਸ਼ਹਿਰ ਦੇ ਵਿੱਚ ਕੋਈ ਗਊਸ਼ਾਲਾ ਨਹੀਂ, ਤੁਹਾਡੀ ਮਰਜ਼ੀ ਦੇ ਨਾਲ ਤੁਸੀਂ 2200 ਜਿਹੜੀ ਹੈ ਕਿਹਾ ਕਿ ਗਊ ਜਿਹੜੀ ਗਾਂ ਹੈ ਸ਼ਹਿਰ ਦੇ ਵਿੱਚ ਅਵਾਰਾ, ਉਹਨੂੰ ਫੜ ਕੇ ਇੱਥੇ ਗਊਸ਼ਾਲਾ ਦੇ ਵਿੱਚ ਰੱਖਣ ਦਾ ਨਹੀਂ, ਤੁਸੀਂ ਕਿਹਾ ਕਿ ਸਿੰਘ ਵਾਲਾ ਇੱਕ ਬਾਬਿਆਂ ਦੀ ਜਗ੍ਹਾ ਉੱਥੇ ਭੇਜਣੀ ਆ, ਉਹ 2200 ਗਾਂ 'ਤੇ ਭੇਜਣ ਦੇ ਤਕਰੀਬਨ ਤੁਸੀਂ 25-30 ਲੱਖ ਰੁਪਇਆ ਖਰਚਾ ਕੀਤਾ। ਔਰ ਦੂਸਰੀ ਮਤਾ ਤੁਸੀਂ ਇਹ ਪਾਸ ਕੀਤਾ ਕਿ ਸਾਲ ਹਰ ਸਾਲ ਉਹਨਾਂ ਨੂੰ ਤਕਰੀਬਨ ਉਸ ਜਿਹੜਾ ਡੇਰੇ ਨੂੰ 2 ਕਰੋੜ ਤੇ 81 ਲੱਖ ਰੁਪਈਆ ਤੁਸੀਂ ਲੋਕਾਂ ਦੇ ਟੈਕਸ ਦਾ ਪੈਸਾ ਉੱਥੇ ਭੇਜਣਾ। ਕੀ ਗੱਲ, ਤੁਹਾਡੇ ਬਾਪ ਦਾ ਮਾਲ ਹੈ ਜਿਹੜਾ ਤੁਸੀਂ ਇੱਥੇ ਨਾਂ ਦੇ ਕੇ ਗਾਵਾਂ, ਕੀ ਗੱਲ ਉੱਥੇ ਜ਼ਿਆਦੀਆਂ ਪਲਦੀਆਂ, ਇੱਥੇ ਜਿਹੜੀ ਕਪੂਰਥਲੇ 'ਚ ਗਊਸ਼ਾਲਾ ਉਹਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ, ਸਾਰੀਆਂ ਗਾਵਾਂ ਤੁਸੀਂ ਇੱਥੇ ਤੁਸੀਂ ਸ਼ਹਿਰ ਦੇ ਵਿੱਚ ਰਹਿਣ ਵਾਲੇ ਉਸੇ ਤਰ੍ਹਾਂ ਸੜਕਾਂ 'ਤੇ ਔਰ ਬਾਗਾਂ ਦੇ ਵਿੱਚ ਲੋਕਾਂ ਮੁਹੱਲਿਆਂ ਦੇ ਵਿੱਚ ਤੁਰੀਆਂ ਫਿਰਦੀਆਂ, ਜਿਹਦਾ ਤੁਸੀਂ 1% ਜਿਹੜਾ ਇੰਤਜ਼ਾਮ ਨਹੀਂ ਕੀਤਾ। ਬਦਇੰਤਜ਼ਾਮੀ ਤੁਹਾਡੀ ਇੰਨੀ ਆ ਕਿ ਹਰ ਇੱਕ ਸ਼ਹਿਰ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਫਾਈ ਨਹੀਂ ਹੋ ਰਹੀ, ਔਰ ਤਕਰੀਬਨ 3 ਸਾਲ ਦਾ ਤੁਸੀਂ ਮਤਾ ਪਾ ਰੱਖਿਆ ਕਿ ਮੁਲਾਜ਼ਮ ਰੱਖਣੇ ਨੇ, ਉਹਨਾਂ ਦਾ ਤੁਹਾਡੀ ਢੇਡੜੀ ਕਰਕੇ ਤੁਸੀਂ, ਕੋਈ ਕਹਿੰਦਾ ਮੇਰੇ 10 ਰੱਖ ਹੋਣ, ਕੋਈ ਕਹਿੰਦਾ ਮੇਰੇ 15 ਰੱਖ ਹੋਣ, ਉਸੇ ਕਰਕੇ ਉਹ ਤਕਰੀਬਨ ਹੁਣ 3 ਸਾਲ ਫਿਰ ਹੋ ਗਿਆ ਉਹ ਮਤੇ ਨੂੰ ਜਿਹੜਾ ਉਸੇ ਤਰ੍ਹਾਂ ਜਿਹੜੇ ਮੁਲਾਜ਼ਮ ਕੋਈ ਨਹੀਂ ਰੱਖ ਹੋਏ, ਸ਼ਹਿਰ ਦੀ ਸਫਾਈ ਦਾ ਬੁਰਾ ਹਾਲ ਹੈ। ਜਿਹੜਾ ਤੁਸੀਂ ਸ਼ਹਿਰ ਲਈ ਲੈਣਾ ਸੀ ਜਗ੍ਹਾ ਡੰਪ ਲਈ, ਅੱਜ ਤੀਕਰ ਤੁਹਾਡੀ 20 ਸਾਲਾਂ 'ਚ ਨਹੀਂ ਲਈ, ਹੁਣ ਸਾਨੂੰ ਤੁਸੀਂ ਸਵਾਲ ਪੁੱਛਦੇ ਰਹੇ ਨਤੀਜੇ ਦੇ, ਲੇਕਿਨ ਉਹ ਚਲੋ ਸੁਚੱਜੇ ਢੰਗ ਨਾਲ ਜਿਹੜੀ ਕਮਿਸ਼ਨਰ ਮੈਡਮ ਦੇ ਉਹਨੂੰ ਸਾਰਾ ਕੁਝ ਸੁਚਾਰੂ ਢੰਗ ਨਾਲ ਕਰ ਰਿਹਾ। ਰਹੀ ਗੱਲ ਜਿਹੜੀ ਤੁਹਾਡੀ ਹੈ ਕਿ ਤੁਸੀਂ ਜੇ ਕਿਸੇ ਤਰ੍ਹਾਂ ਵੀ ਜਿਹੜੀ ਸ਼ਹਿਰ ਨਾਲ ਬਰਾਣਾ ਦੀ ਕੋਈ ਕੋਈ ਹੁੰਦੀ, ਕੋਈ ਲਗਾਅ ਹੁੰਦਾ ਤੇ ਸ਼ਹਿਰ ਦਾ ਕੋਈ ਵਿਕਾਸ ਕਰਦੇ, ਔਰ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਸ਼ਹਿਰ ਦੇ ਵਿੱਚੋਂ ਜਿਹੜੇ ਪੰਪਾਂ ਦੇ ਕਹਿੰਦੇ ਨੇ ਕਿ ਇਹਨਾਂ ਪੰਪ ਕਿੱਥੇ ਵੀ ਪੰਪ ਨਹੀਂ ਚਾਲੂ ਹੋਏ, ਇਹਨਾਂ ਨੇ ਤਕਰੀਬਨ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ ਤਕਰੀਬਨ 10-12 ਕਰੋੜ ਆਉਂਦੇ ਉਹ ਆਪਣੇ ਬੰਦਿਆਂ ਨੂੰ ਦੇ ਕੇ ਖੁਰਦ ਬੁਰਦ ਕੀਤੇ ਗਏ, 9 ਪੰਪ ਲਾਏ ਗਏ, ਉਹਨਾਂ ਦੀ ਟੈਂਡਰਿੰਗ ਇੰਝ ਕੀਤੀ ਗਈ ਵੀ ਆਏ ਆ ਦਵਾ ਦਵ ਜਿਹੜੇ ਪੈਸੇ ਜੇਬੀ 'ਚ ਪਾ ਲਓ, ਕਿਸੇ ਨੂੰ ਫਾਇਦਾ ਹੋਵੇ ਕਿ ਨਾ ਹੋਵੇ। ਅੱਜ ਤੀਕਰ ਉਹ ਟੈਂਡਰਿੰਗ ਇੱਦਾਂ ਦੀ ਕੀਤੀ ਗਈ ਆ, ਉਹ ਜਿਹੜਾ ਮੋਟਾ ਮਾਲ ਹੀ ਛੱਗ ਗਿਆ, ਉਹ ਜਿਹੜਾ ਛੋਟਾ ਮੋਟਾ ਉਹਨੇ ਕਨੈਕਸ਼ਨ ਕਰਨਾ, ਬਿਜਲੀ ਦਾ ਕਨੈਕਸ਼ਨ ਕਰਨਾ, ਉਹ ਅਜੇ ਤੀਕਰ ਲਟਕਿਆ ਪਿਆ, ਸਿਰਫ ਇਹਨਾਂ ਦੀ ਜਿਹੜੇ ਐਮ ਸੀ ਸਾਹਿਬਾਨ ਆ ਔਰ ਰਾਣਾ ਜੀ ਦੀ ਨਲੈਕੀ ਕਰਕੇ ਅੱਜ ਤੀਕਰ ਲਟਕਿਆ ਪਿਆ। ਮੈਂ ਇੱਥੇ ਕਹਿਣਾ ਚਾਹੁੰਦਾ ਕਿ ਦੇਖੋ ਜੇ ਹੋਰ ਦੇਖੋ ਜਿਹੜਾ ਇਹਨਾਂ ਨੇ ਕੀ ਡਿਵੈਲਪਮੈਂਟ ਕੀਤੀ, ਮੈਂ ਰਾਣਾ ਜੀ ਨੂੰ ਵੀ ਚੈਲੰਜ ਕਰਦਾ
ਕਿ ਤੁਸੀਂ 22 ਸਾਲ ਇਸ ਸ਼ਹਿਰ ਦੇ ਵਿੱਚ ਕਹਿੰਦੇ ਹੋ ਕਿ ਮੈਂ ਮਹਾਰਾਜੇ ਵਾਂਗੂ, ਲੋਕਾਂ ਨੇ ਤੁਹਾਨੂੰ ਨਵਾਜਿਆ ਵੀ ਹਰ ਇੱਕ ਤਰ੍ਹਾਂ ਦਾ, ਤੁਹਾਡਾ ਮਾਣ ਸਤਿਕਾਰ ਤੁਸੀਂ ਜਿਹੜਾ ਵੀ ਟੱਬਰ ਦਾ ਜੀ ਲਿਆ ਕੇ ਤੋਂ ਖੜਾ ਕਰ ਦਿੱਤਾ, ਉਹਨੂੰ ਕਿਹਾ ਕਿ ਇਹਨ ਲੋਕਾਂ ਨੇ ਉਹਨੂੰ ਸਿਰ ਮੱਥੇ ਕਬੂਲ ਕੀਤਾ। ਪਰ ਤੁਸੀਂ ਦੱਸੋ ਸ਼ਹਿਰ ਦੇ ਵਿੱਚ 22 ਸਾਲਾਂ ਦੇ ਵਿੱਚ ਕੀ ਕੀਤਾ? ਕੋਈ ਇੱਕ ਡਿਵੈਲਪਮੈਂਟ ਦਾ ਕੰਮ ਕੀਤਾ? ਉਹ ਕੰਮ ਕੀਤੇ ਜਿੱਥੋਂ ਤੁਹਾਡੀ ਔਰ ਤੁਹਾਡੇ ਚਹੇਤੀਆਂ ਦੀਆਂ ਜੇਬੀਆਂ ਭਰਦੀਆਂ। ਹੁਣ ਮੈਂ ਇੱਕ ਐਗਜਾਮਪਲ ਦਿੰਦਾ, ਕੋਈ ਸ਼ਹਿਰ ਦੇ ਵਿੱਚ ਕਿਸੇ ਨੂੰ ਪਤਾ ਹੋਵੇ ਕਿ ਇੱਥੇ ਸਾਈਕਲਿੰਗ ਟਰੈਕ ਹੈ ਕੋਈ, ਇਹਨਾਂ ਨੇ ਕਰੋੜਾਂ ਰੁਪਈਏ ਲਾ ਕੇ ਉਹ ਕਾਂਜਲੀ ਦੇ ਕੋਲ ਜਾ ਕੇ ਸਾਈਕਲਿੰਗ ਟਰੈਕ ਬਣਾਇਆ, ਉਹਦੀ ਅੱਜ ਦੇਖ ਲਓ ਕੀ ਹਾਲਤ ਆ। ਉਹ ਕੈਮਰਾ ਬਾਗ ਦੇ ਵਿੱਚ 18 ਲੱਖ ਰੁਪਈਆ ਲਾ ਕੇ ਇੱਕ ਛੋਟੀ ਸੈਰਗਾਹ ਬਣਾਈ, ਅੱਜ ਦੇਖ ਲਓ ਉਹਦੀ ਕੀ ਹਾਲਤ ਹੈ। ਇਹਨਾਂ ਬੰਦਿਆਂ ਨੇ, ਔਰ ਇਹ ਜਿਹੜੇ ਐਮ ਸੀ ਸਾਹਿਬਾਨ ਆ, ਮਾਫ ਕਰਨਾ ਲੋਕਾਂ ਦੇ ਚੁਣੇ ਹੋਏ ਆ, ਮੈਂ ਰਿਸਪੈਕਟ ਨਾਲ ਕਹਿ ਰਿਹਾ, ਉਹਨਾਂ ਲੋਕ ਇਸ ਸ਼ਹਿਰ ਦੇ ਲੋਕਾਂ ਨਾਲ ਉਹ ਇਹਨਾਂ ਨੇ ਧਰੋਹ ਕੀਤਾ ਜਿਹਦੀ ਕੋਈ ਹੱਦ ਨਹੀਂ ਹੈ। ਮੈਂ ਅੱਜ ਵੀ ਇਹਨਾਂ ਨੂੰ ਕਹਿਣਾ ਚਾਹੁੰਦਾ ਵੀਰਾਂ ਨੂੰ ਕਿ ਜੇ ਤੁਸੀਂ ਸੱਚੀ ਮੁੱਚੀ ਇਸ ਸ਼ਹਿਰ ਦਾ ਕੁਛ ਸਵਾਰਨਾ ਚਾਹੁੰਦੇ ਹੋ, ਤੇ ਜਿਹੜਾ ਰਾਣਾ ਜੀ ਦੇ ਚੁੰਗਲ ਤੋਂ ਬਾਹਰ ਨਿਕਲ ਕੇ ਸਮੂਹਿਕ ਅਸਤੀਫਾ ਦੇ ਕੇ ਕਹੋ ਕਿ ਅਸੀਂ ਜੀ ਅਸਤੀਫਾ ਦਿੰਦੇ ਹਾਂ, ਜਿਹੜੀ ਕਾਰਪੋਰੇਸ਼ਨ, ਮੈਂ ਮੰਨਦਾ 500% ਕਾਰਪੋਰੇਸ਼ਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੰਨੀਆਂ ਧਾਂਦਲੀਆਂ ਹੋਈਆਂ ਜਿਹਦੀਆਂ ਕਿ ਅਸੀਂ ਵਿਜੀਲੈਂਸ ਇਨਕੁਆਇਰੀ ਦੀ ਵੀ ਮੰਗ ਕੀਤੀ ਆ। ਦਿਨ ਦਿਹਾੜੇ ਜਿਹੜੀਆਂ 30-30 ਸਾਲ ਤੋਂ ਦੁਕਾਨਾਂ ਚੱਲਦੀਆਂ ਹੋਈਆਂ ਸੀ, ਕਿਸੇ ਨੇ ਮਾੜੀ ਮੁੱਠੀ ਦੇ ਰੈਨੋਵੇਸ਼ਨ ਕੀਤੀ, ਉਹਦੇ 'ਤੇ ਜਿੰਦਾ ਲਾ ਦਿੱਤਾ ਗਿਆ। ਇੱਕ ਨਹੀਂ, ਕਈ ਗਿਣਤੀ ਨੇ ਕਈ ਦੁਕਾਨਾਂ 'ਤੇ ਜਿੰਦੇ ਲਾ ਕੇ ਦਿੱਤੇ ਹੈ, ਲਾ ਦਿੱਤੇ ਗਏ, ਮੁੜ ਕੇ ਉਹ ਜਿੰਦੇ ਖੋਲ੍ਹ ਦਿੱਤੇ ਗਏ। ਕਿਹੜੇ ਕਾਨੂੰਨ ਤਹਿਤ, ਕਿਹੜੇ ਕਾਨੂੰਨ ਦੇ ਤਹਿਤ ਉਹ ਖੋਲ੍ਹੇ ਗਏ ਕਿਸੇ ਨੂੰ ਪਤਾ ਨਹੀਂ। ਲੋਕ ਦੱਸਦੇ ਸਾਨੂੰ, ਅਸੀਂ ਕਿਉਂਕਿ ਆਮ ਆਦਮੀ ਪਾਰਟੀ ਨੇ ਘਰ ਘਰ ਜਾ ਕੇ ਵੋਟਾਂ ਮੰਗਦੇ ਰਹੇ, ਲੋਕ ਸਾਨੂੰ ਇਹ ਲਾਂਤਾ ਪਾਉਂਦੇ ਕਿ ਆਹ ਤੁਹਾਡੀ ਕਾਰਪੋਰੇਸ਼ਨ ਦਾ। ਮੈਂ ਮੰਨਦਾ ਕਾਰਪੋਰੇਸ਼ਨ 'ਚ ਬਿਲਕੁਲ ਕਰਪਸ਼ਨ ਆ, ਨਕਸ਼ਿਆਂ ਵਿੱਚ ਹੀ ਕਰਪਸ਼ਨ ਆ, ਹਰ ਥਾਂ ਕਰਪਸ਼ਨ। ਉਹਦੀ ਇਨਵਿਜੀਲੈਂਸ ਇਨਕੁਆਇਰੀ ਪਿਛਲੇ 3 ਸਾਲਾਂ ਦੀ ਅਸੀਂ ਮੰਗ ਕੀਤੀ, ਔਰ ਬਹੁਤ ਜਲਦੀ ਇਨਕੁਆਇਰੀ ਸ਼ੁਰੂ ਹੋਊਗੀ। ਔਰ ਦੂਸਰੀ ਗੱਲ, ਮੈਂ ਇਹਨਾਂ ਨੂੰ ਇਹ ਕਹਿੰਦਾ MCA ਨੂੰ ਕਿ ਜੇ ਤੁਸੀਂ ਤੁਹਾਡਾ ਮਾੜਾ ਮੋਟਾ ਵੀ ਲਗਾ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਜੇ ਤੁਸੀਂ ਚਾਹੁੰਦੇ ਸ਼ਹਿਰ ਦੇ ਨਾਲ, ਤੁਸੀਂ ਕਹਿੰਦੇ ਹੋ ਅਸੀਂ ਨੁਮਾਇੰਦਗੀ ਫਿਰ ਵੀ ਕਰਦੇ ਰਹੋ, ਅਸੀਂ ਵੀ ਤੁਹਾਡੀ ਸਪੋਰਟ ਕਰਾਂਗੇ, ਤੁਸੀਂ ਦਿਓ ਅਸਤੀਫਾ। ਤੁਸੀਂ ਕਹੋ ਕਿ ਅਸੀਂ ਕਾਰਪੋਰੇਸ਼ਨ ਨੂੰ ਭੰਗ ਕਰਕੇ ਜਿਹੜੀ ਦੁਬਾਰਾ ਨਗਰ ਕੌਂਸਲ ਬਣਾਉਣੀ ਹੈ, ਕਿਉਂਕਿ ਕਾਰਪੋਰੇਸ਼ਨ ਜਿੱਥੇ ਕੋਈ 15-20 ਲੱਖ ਆਬਾਦੀ ਹੋਵੇ, ਉੱਥੇ ਕਾਮਯਾਬ ਸੈਲਫ ਸਸਟੇਨ ਕਰਦੀ ਆ। ਇੱਥੇ ਤੇ ਆਬਾਦੀ ਕਿੰਨੀ ਆ, ਔਰ ਛੋਟਾ ਜਿਹਾ ਚਿੜੀ ਦੇ ਪਹੁੰਚੇ ਜਿੱਡਾ ਸ਼ਹਿਰ ਆ, ਜਿਹਦੇ ਵਿੱਚ ਕਿ ਇਹਨਾਂ ਦੇ ਖਰਚੇ, ਕਿਉਂਕਿ ਜਿਹੜਾ ਅਮਲਾ ਫੈਲਾ ਹੀ ਇੰਨਾ ਹੀ ਆ, ਜਿਹੜਾ ਸਰਕਾਰੀ ਅਮਲਾ ਫੈਲਾ। ਉਹ ਤੋਂ ਬਾਅਦ ਜਿਹੜੇ MC ਆ, ਉਹਨਾਂ ਦੀ 30-30 ਹਜ਼ਾਰ ਰੁਪਈਆ ਤਨਖਾਹ। ਜੇ ਤਾਂ ਤੁਹਾਨੂੰ ਤਨਖਾਹ ਪਿਆਰੀ ਆ, ਤੁਸੀਂ 30 ਹਜ਼ਾਰ ਤਨਖਾਹ ਲਈ ਕੀ ਲੱਗੇ ਹੋ, ਤੇ ਫਿਰ ਤਾਂ ਮੈਂ ਕਹੂੰਗਾ ਤੁਸੀਂ ਕੀ ਅਸਤੀਫੇ ਦੇਣੇ। ਅਦਰਵਾਇਜ਼ ਜੇ ਤੁਹਾਨੂੰ ਕੋਈ ਸ਼ਹਿਰ ਲਈ, ਕੋਈ ਕਿਸੇ ਤਰ੍ਹਾਂ ਦੀ ਸ਼ਹਿਰ ਵਾਸੀਆਂ ਲਈ ਕਿਸੇ ਤਰ੍ਹਾਂ ਦਾ ਇਹ ਲਗਾ, ਜੋ ਪਿੱਛੇ ਹੋ ਗਿਆ ਸੋ ਗਿਆ, ਉਹਨੂੰ ਭੁੱਲ ਕੇ ਸਾਰੇ ਧਰਨੇ ਲਾਉਣ ਦੀ ਥਾਂ ਆਪਣੇ ਅਸਤੀਫੇ ਦਿਓ, ਔਰ ਕਹੋ ਕਿ ਅਸੀਂ ਕਾਰਪੋਰੇਸ਼ਨ ਨਹੀਂ ਨਗਰ ਕੌਂਸਲ ਬਣਾਉਣੀ ਹੈ ਦੁਬਾਰਾ, ਅਸੀਂ ਵੀ ਤੁਹਾਡੇ ਨਾਲ ਜਿੱਥੇ ਜਾਣਾ ਹੋ, ਕੋਟ ਜਾਣਾ ਹੋ, ਤਾਂ ਮਾਨਸਾ ਕੋਲ ਜਾਣਾ ਹੋ, ਜਾਵਾਂਗੇ, ਤੁਹਾਡੀ ਮੰਗ ਰੱਖਾਂਗੇ, ਤਾਂ ਕਿ ਸ਼ਹਿਰ ਦਾ ਸੁਚੱਜੇ ਢੰਗ ਨਾਲ ਵਿਕਾਸ ਹੋ ਸਕੇ। ਕਿਉਂਕਿ ਇਹ ਜਿਹੜੀ ਹੈ ਨਾ ਜੀ, ਇੱਥੇ ਵਿੱਚ ਜਿਹੜਾ ਹੈ ਖਰਚਾ ਰੁਪਈਆ ਅਤੇ ਆਮਦਨੀ 54 ਵਾਲਾ ਕੰਮ ਇਹਨਾਂ ਕਰ ਲਿਆ, ਔਰ ਲੋਕਾਂ ਦੇ ਗਲ ਦੇ ਵਿੱਚ ਇੰਨੇ ਸਿਆਪੇ ਜਿਹੜੇ ਕਾਰਪੋਰੇਸ਼ਨ ਨੇ ਪਾ ਦਿੱਤੇ, ਛੋਟੇ ਸ਼ਹਿਰ ਕਰਕੇ ਨਿੱਕੇ ਮੋਟੇ ਕੰਮ ਲਈ ਵੀ ਤਰਲੇ ਮਾਰਨੇ ਪੈਂਦੇ ਆ। ਬਾਕੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਜੇ ਇਹਨਾਂ ਨੂੰ ਮਾੜੀ ਮੋਟੀ ਵੀ ਇਸ ਸ਼ਹਿਰ ਨਾਲ ਲਗਾਵ ਹੈ, ਸਾਰੇ MCA ਨੂੰ, ਮੇਅਰ ਜਿਹੜੇ ਆਪਣੇ ਮੇਅਰ ਨੇ, ਉਹਨਾਂ ਨੂੰ ਮਾੜਾ ਮੋਟਾ ਵੀ ਲਗਾ, ਆਪਣੇ ਅਸਤੀਫੇ ਦੇਣ, ਔਰ ਇਹ ਕਹਿਣ ਕਿ ਸਾਨੂੰ ਕਾਰਪੋਰੇਸ਼ਨ ਨਹੀਂ ਚਾਹੀਦੀ, ਸਾਨੂੰ ਨਗਰ ਕੌਂਸਲ ਚਾਹੀਦੀ ਹੈ, ਲੋਕ ਇਹਨਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਮਾਨਤਾ ਦੇ ਕੇ ਜਿਤਾਉਣਗੇ। ਔਰ ਮੈਂ ਇਹੋ ਗੱਲ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਸੀ। ਤੁਹਾਡਾ ਸਾਰਿਆਂ ਦਾ ਧੰਨਵਾਦ। ਠੀਕ ਹੈ ਸਰ, ਕੋਈ ਪਤਾ ਘੱਟ